भाई जी, मेरा नाम फतेह सिंह है। पिंड रामगढ़ भूंदड़ा, जिला बठिंडा गा। तो मैं मजदूरी करदा गा, जिदा कह दी आप भी पलेदारी करदा। मैं भुचो डीपी च, तो मतलब भुचो डीपी वाले बहुत सपोर्ट करते हैं मैनू। मतलब 311 वर्कर उत्थे काम करते हैं, वो मैनू पूरी हलाशेरी देंदे आ, फतेह कुछ कर भाई, असीं तेरे नाल आ, जिहड़ी चीज़ तैनूं लोड़ है असीं देवांगे, पूरी सपोर्ट करते हैं भाई। भाई जी, इहदे ना 80,000 रुपये लग्गा गा, मतलब 1 लाख तो उपर खर्चा सीगा। पर डी इंक टैटू स्टूडियो संगरूर, ਤੁਸੀਂ ਇੰਸਟਾਗ੍ਰਾਮ 'ਤੇ ਚੈੱਕ ਕਰ ਸਕਦੇ ਹੋ, ਉਹਨਾਂ ਨਾਲ ਗੱਲ ਕਰ ਸਕਦੇ ਹੋਗੇ। ਉਹਨਾਂ ਨੇ ਮਤਲਬ 30,000 ਰੁਪਇਆ ਛੱਡਤਾ ਸੀਗਾ, ਉਹ ਕਹਿੰਦੇ ਭਾਈ ਦੇ ਪੈਰ ਵਿੱਚ, ਕਹਿੰਦੇ ਕੋਈ ਚੱਕਰ ਨਹੀਂ ਤੁਸੀਂ ਵੀਰੇ ਇੰਨੇ ਦੇ ਜਾਓ, ਅਤੇ ਇੰਨੇ 'ਚ ਪੀਸ ਤਿਆਰ ਕੀਤਾ। ਦਰਦ ਕਹਿੰਦੀ ਆਪਾਂ ਬਹੁਤ ਜ਼ਿਆਦਾ ਦਰਦ ਸੀਗਾ, 3 ਦਿਨਾਂ ਦੇ ਵਿੱਚ ਰੈਡੀ ਹੋਇਆ ਇਹ, ਵੀ 3 ਦਿਨ ਲਗਾਤਾਰ ਨਹੀਂ ਲੱਗੇ। ਆਰਟਿਸਟ ਨੇ ਰੈਸਟ ਵੀ ਕੀਤੀ ਆ ਥੋੜ੍ਹੀ ਜਿਹੀ, ਹੈ ਨਾ, 3 ਦਿਨਾਂ ਵਿੱਚ ਪੂਰਾ ਕੰਪਲੀਟ ਹੋਇਆ, ਅਤੇ ਦਰਦ ਬਹੁਤ ਜ਼ਿਆਦਾ ਸੀਗਾ, ਇੰਨਾ ਦਰਦ ਸੀਗਾ ਆਰਟਿਸਟ ਨੂੰ, ਮੈਂ ਧੱਕਾ ਦੇਣ ਨੂੰ ਜੀ ਕਰਦਾ ਸੀ ਵੀਰੇ, ਛੱਡ ਦੇ ਮੈਨੂੰ, ਮੈਂ ਤਾਂ ਭੱਜੂਗਾ, ਜੇ ਕੋਈ ਹੋਰ ਹੁੰਦਾ ਨਾ ਬੰਦਾ ਭੱਜ ਜਾਂਦਾ ਵੀਰੇ, ਇੰਨਾ ਪੇਨ ਸੀਗਾ। ਜਿੱਦਾਂ ਕਹਿੰਦੀ ਆਪਾਂ ਪਹਿਲਾਂ ਟੈਟੂ ਦੀ ਗੱਲ ਕਰਦੇ ਹਾਂਗੇ, ਇਹ 80,000 ਰੁਪਇਆ ਲੱਗਿਆ। ਇਹ ਵੀਰੇ ਫੰਡ ਇਕੱਠਾ ਕੀਤਾ ਸੀਗਾ, ਮੈਂ ਯਾਰਾਂ ਦੋਸਤਾਂ ਨੂੰ ਕਿਹਾ ਸੀ ਵੀਰੇ ਮੈਂ ਭਾਈ ਦਾ ਇੱਕ ਟੈਟੂ ਕਰਵਾਉਣਾ ਗਾ, ਉਹ ਕਹਿੰਦੇ ਕਰਵਾ, ਤੇਰੇ ਕੋਲ ਪੈਸੇ ਕਿੰਨੇ ਆ? ਮੈਂ ਕਿਹਾ ਵੀਰੇ ਮੇਰੇ ਕੋਲ ਪੈਸੇ ਹੈ ਨਹੀਂ ਗੇ, 10 ਰੁਪਏ ਵੀ ਨਹੀਂ ਮੇਰੇ ਕੋਲ। ਕਹਿੰਦੇ ਕੋਈ ਚੱਕਰ ਨਹੀਂ, ਉਹਨਾਂ ਨੇ 25-30 ਮੁੰਡੇ ਇਕੱਠੇ ਕੀਤੇ, ਕਲੱਬ ਦੇ ਮੁੰਡੇ ਆ ਗਏ, ਕਿਸੇ ਨੇ 2,000, 3,000, 4,000 ਇਕੱਠਾ ਕਰਕੇ ਇਹ 80,000 ਰੁਪਇਆ ਇਕੱਠਾ ਕੀਤਾ 30 ਜਣਿਆਂ ਨੇ। ਟੈਟੂ ਜਿਹੜੇ ਮੇਰੇ ਪਹਿਲਾਂ ਹੋਇਆ ਜੀ, ਉਹਨਾਂ ਬਾਰੇ ਤਾਂ ਮੈਨੂੰ ਬਹੁਤ ਗਾਲਾਂ ਦਿੱਤੀਆਂ ਸੀ, ਬਟ ਵੀ ਮੈਂ ਘਰੋਂ ਭੱਜ ਜਾਂਦਾ ਸੀਗਾ, ਗਾਲਾਂ ਦਿੰਦੇ ਆ ਵੀ ਤੂੰ ਆਹ ਕੀ ਕਰਵਾ ਲੈਣਾ। ਜਦੋਂ ਭਾਅ ਜੀ ਦਾ ਪੀਸ ਕਰਵਾਇਆ ਸੀ, ਇਹ ਟੈਟੂ ਕਰਵਾਇਆ ਸੀ, ਸਿੱਧੂ ਮੂਸੇਵਾਲ ਦਾ ਪੀਸ ਕਰਵਾਇਆ, ਉਹਦੇ ਬਾਰੇ ਕੁਛ ਨਹੀਂ ਬੋਲੇ, ਡੱਕਾ ਨਹੀਂ ਬੋਲੇ, ਰੀਅਲ ਆ ਇਹ, ਜਾ ਕੇ ਮੇਰੇ ਘਰ ਜਾ ਕੇ ਪੁੱਛ ਲਓ ਇਹ ਗੱਲ। ਬਾਈ ਪੱਗ ਵੀ ਸਿੱਧੂ ਨੂੰ ਦੇਖ ਕੇ ਬੰਨਣ ਲੱਗੇ, ਕਿਉਂਕਿ ਪਹਿਲਾਂ ਤੁਸੀਂ ਕੈਪ ਲੈ ਕੇ ਰੱਖਦੇ ਸੀ? ਹਾਂਜੀ ਭਾਅ ਜੀ, ਮੈਂ ਕੈਪ ਲੈ ਕੇ ਰੱਖਦਾ ਸੀ, ਮੈਂ ਇੰਸਟਾ 'ਤੇ ਮੈਂ ਰੀਲਾਂ ਪਾਈਆਂ ਸੀਗੀਆਂ ਕੈਪ 'ਚ, ਉਹ ਕਾਫੀ ਜ਼ਿਆਦਾ ਵਾਇਰਲ ਹੋਈਆਂ ਸੀਗੀਆਂ। ਉਹਨਾਂ ਵਿੱਚ ਇੱਕ ਮੈਸੇਜ ਆਇਆ ਸੀਗਾ, ਕਈ ਮੁੰਡਿਆਂ ਨੇ ਕਮੈਂਟ ਕੀਤਾ ਵੀਰੇ ਐਂ ਕਰ, ਫਲਾਣ ਲਗਾ, ਢੌਂਕਾ ਕਰ, ਅਤੇ 2-4 ਬੰਦਿਆਂ ਨੇ ਕਿਹਾ ਸੀਗਾ ਵੀਰੇ ਪੱਗ ਬੰਨਿਆ ਕਰ, ਅਤੇ ਉਹ ਚੀਜ਼ ਮੇਰੇ ਦਿਮਾਗ 'ਚ ਬੈਠੀ ਹੋਈ ਹੈਗੀ, ਖਾਸ ਕਰਕੇ ਪੰਜਾਬ ਨੂੰ ਬਾਹਰ ਲਿਆਉਣ ਦੀ, ਕਿਉਂਕਿ ਆਪਾਂ ਪੰਜਾਬ 'ਚ ਬੈਠੇ ਹਾਂਗੇ, ਪੰਜਾਬ ਨੂੰ ਆਪਾਂ ਮਤਲਬ ਆਹੋ ਕਰ, ਬਾਹਰ ਲੈ ਕੇ ਜਾਣਾ ਗਾ, ਇਹਨੂੰ ਖਰਾਬ ਨਹੀਂ ਕਰਨਾ, ਨਸ਼ੇ 'ਚ ਨਹੀਂ ਆਪਾਂ ਪੰਜਾਬ ਖਰਾਬ ਕਰਨਾ। ਸੋਚ ਕੀ ਹੈ? ਟੈਟੂ ਸਾਰੇ ਸਰੀਰ ਦੇ ਉੱਪਰ ਟੈਟੂ ਦਿਖ ਰਹੇ ਨੇ ਤੁਹਾਡੇ, ਹੋਰ ਵੀ ਬਣਾਉਣੇ ਨੇ ਜਾਂ ਬਸ ਖਤਮਾ ਬਹੁਤ ਹੋ ਗਿਆ? ਨਹੀਂ ਭਾਜੀ, ਫਿਲਹਾਲ ਤਾਂ ਕੁਛ ਨਹੀਂ ਕਰਵਾਉਣਾ, ਤੇ ਟੈਟੂਆਂ ਦਾ ਸ਼ੌਂਕ ਹੈਗਾ ਮੈਨੂੰ। ਸਿੱਧੂ ਦਾ ਹੋਰ ਟੈਟੂ ਬਣਾਉਣ ਦੀ ਇੱਛਾ ਹੈ? ਹਾਂਜੀ ਹਾਂਜੀ, ਪੂਰੀ ਟੂ ਮਤਲਬ ਪੂਰੀ ਜਿੰਨਾ ਰਹਿੰਦੀ ਆ ਨਾ ਸਪੇਸ, ਉਹ ਕਵਰ ਕਰਵਾਉਣੀ ਹੈਗੀ।